2012 ਦੀ ਵਿਧਾਨਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਸਾਹਮਣੇ ਵੱਡੀ ਚੁਣੌਤੀ ਬਾਗੀਆਂ ਨੂੰ ਮਨਾਉਣ ਦੀ ਵੀ ਸੀ ਤੇ ਜਾਣਕਾਰ ਇਹ ਵੀ ਕਹਿੰਦੇ ਨੇ ਕਿ ਉਸ ਸਮੇਂ ਬਗਾਵਤ ਇੱਕ ਵੱਡੀ ਵਜ੍ਹਾ ਰਹੀ ਕਿ ਕਾਂਗਰਸ ਹਾਰ ਦਾ ਕਾਂਗਰਸ ਨੂੰ ਮੂੰਹ ਵੇਖਣਾ ਪਿਆ। ਦੂਜੇ ਪਾਸੇ ਲਗਾਤਾਰ ਵਿਰੋਧੀ ਵੀ ਨਿਸ਼ਾਨਾ ਲਗਾ ਰਹੇ ਨੇ ਟਿਕਟ ਵੰਡ ਨੂੰ ਲੈ ਕੇ, ਜਿਹਾਂ ਅਕਾਲੀ ਦਲ ਦੇ ਵੱਲੋਂ ਵਾਰ ਕੀਤਾ ਗਿਆ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਿਕਟ ਵੰਡ ਦੇ ਮਸਲੇ ਉੱਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਨਾਂ ਨੂੰ ਨਿਸ਼ਾਨੇ ਉੱਤੇ ਲਿਆ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਹਨਾਂ ਦਿਨੀ ਬਠਿੰਡਾ ਦੇ ਵਿੱਚ ਡੇਰਾ ਪਾਏ ਹੋਏ ਨੇ। ਇਸ ਲੜੀ ਦੇ ਵਿੱਚ ਉਹਨਾਂ ਨੇ ਸੋਮਵਾਰ ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ, ਨਾਲ ਹੀ ਗਰੀਬ ਪਰਿਵਾਰਾਂ ਨੂੰ ਗੈਸ ਸਿਲੰਡਰ ਵੀ ਵੰਡੇ। ਇਸ ਤੋਂ ਬਾਅਦ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਮਨਪ੍ਰੀਤ ਬਾਦਲ ਦੇ ਬਹਾਨੇ ਕਾਂਗਰਸ ਨੂੰ ਨਿਸ਼ਾਨੇ ਉੱਤੇ ਲਿਆ। ਉਹਨਾਂ ਨੇ ਕਿਹਾ ਕਿ ਕਾਂਗਰਸ ਆਪਣੇ ਆਗੂਆਂ ਨੂੰ ਦਰਕਿਨਾਰ ਕਰਕੇ ਅਕਾਲੀ ਦਲ ਦੇ ਰਿਜੈਕਟਿਡ ਲੀਡਰਸ ਨੂੰ ਤਰਜੀਹ ਦੇ ਰਹੀ ਹੈ। ਇਹਨਾਂ ਦਾ ਜਿਹੜਾ ਹਾਈ ਕਮਾਂਡ ਕਲਚਰ ਹੈਗਾ, ਜਿਹਨੂੰ ਟਿਕਟ ਮਿਲੀ ਉਹਨੂੰ ਆ ਨਹੀਂ ਪਤਾ ਕਿ ਨੋਮੀਨੇਸ਼ਨ ਦੇ ਅਖੀਰਲੇ ਦਿਨ 'ਚ ਮੈਂ ਲੜ ਰਿਹਾ ਕਿ ਕੋਈ ਹੋਰ ਲੜ ਰਿਹਾ, ਤੇ ਇਹੋ ਜਿਹੇ ਬੰਦਿਆਂ ਨੂੰ ਦੇ ਰਹੇ ਨੇ ਕਿ ਜਿਨ੍ਹਾਂ ਨੇ ਅਕਾਲੀ ਦਲ ਤੋਂ ਜਿਹੜੇ ਰਿਜੈਕਟ ਕਰ ਦਿੱਤੇ ਗਏ ਨੇ, ਨਕਾਰੇ ਗਏ ਲੋਕੀ ਨੇ, ਉਹਨਾਂ ਨੂੰ ਹੁਣ ਕਾਂਗਰਸ ਆਪਣੇ ਵਿੱਚ ਸ਼ਾਮਿਲ ਕਰ ਰਹੀ ਹੈ। ਇਸ ਤੋਂ ਬਾਅਦ ਕੇਂਦਰੀ ਮੰਤਰੀ ਨੇ ਆਮ ਆਦਮੀ ਪਾਰਟੀ ਨੂੰ ਵੀ ਕਰੜੇ ਹੱਥੀ ਲਿਆ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਟਿਕਟ ਵੰਡ ਅਤੇ ਉਮੀਦਵਾਰਾਂ ਦੇ ਅਕਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ। ਦੇਖੋ, ਇੱਕ ਨਵੀਂ ਪਾਰਟੀ ਹੈਗੀ ਜਿਹੜੀ ਪੰਜਾਬ ਦਿੱਲੀ ਛੱਡ ਕੇ ਪੰਜਾਬ ਆਈ ਸੀ ਤਾਂ ਆਪਣੀ ਟਿਕਟਾਂ ਵੇਚ-ਵੇਚ ਕੇ 50 ਵਿੱਚੋਂ 35 ਇਹੋ ਜਿਹੇ ਕ੍ਰਿਮੀਨਲਸ ਨੂੰ ਦਿੱਤਾ ਜਿਨ੍ਹਾਂ ਦੇ ਖਿਲਾਫ ਸੰਗੀਨ ਅਪਰਾਧ ਹੀ ਨਹੀਂ ਹੈਗੇ। ਲੇਕਿਨ ਹੁਣ ਟਿਕਟਾਂ ਦੇਣ ਤੋਂ ਬਾਅਦ ਉਹਨਾਂ ਤੋਂ ਜਦ ਹੋਰ ਪੈਸੇ ਮੰਗ ਰਹੇ ਨੇ ਤੇ ਭਾਵੇਂ ਉਹਨਾਂ ਦਾ ਬੋਹਾ ਦਾ ਉਮੀਦਵਾਰ ਹੋਏ ਜਾਂ ਹੁਣ ਇੱਥੇ ਮਾਨਸੇ ਦਾ, ਉਹ ਕਹਿੰਦੇ ਅਸੀਂ ਤਾਂ ਲੜ ਨਹੀਂ ਸਕਦੇ, ਇੰਨੇ ਪੈਸੇ ਅਸੀਂ ਦੇ ਨਹੀਂ ਸਕਦੇ। ਸੋ ਇੱਕ ਨੇ ਤਾਂ ਧੰਦਾ ਬਣਾਤਾ। ਦਰਅਸਲ ਆਮ ਆਦਮੀ ਪਾਰਟੀ ਨੂੰ ਟਿਕਟ ਵੰਡ ਤੋਂ ਬਾਅਦ ਆਪਣਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਕਾਂਗਰਸ ਨੇ ਪਹਿਲੀ ਲਿਸਟ ਵਿੱਚ ਸੀਨੀਅਰ ਆਗੂਆਂ ਨੂੰ ਨਿਪਟਾ ਕੇ ਡੈਮੇਜ ਕੰਟਰੋਲ ਦੀ ਕੋਸ਼ਿਸ਼ ਕੀਤੀ ਹੈ। ਗੋਬਿੰਦ ਸੈਣੀ, ਜ਼ੀ ਮੀਡੀਆ, ਬਠਿੰਡਾ।